ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪ੍ਰੋਫੈਸਰ ਬਲਜਿੰਦਰ ਸਿੰਘ, ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੀ ਕਮੇਟੀ ਵੱਲੋਂ ਅੱਜ ਜਿੱਥੇ ਅਸੀਂ ਪਹੁੰਚੇ ਹਾਂ ਮਜੀਠਾ ਰੋਡ 'ਤੇ, ਇੱਥੇ ਅੱਜ ਹਰਪਾਲ ਸਿੰਘ ਜੀ ਖਾਲਿਸਤਾਨੀ ਇਹਨਾਂ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਜਨਮ ਦਿਨ ਦੀ ਯਾਦ ਦੇ ਵਿੱਚ ਇੱਥੇ ਲੰਗਰ ਲਗਾਏ ਗਏ ਨੇ। ਅੱਜ ਅਸੀਂ ਇੱਥੇ ਪੁੱਜੇ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਸ ਸਦੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਿੱਖ ਪੰਥ ਨੂੰ ਬਹੁਤ ਵੱਡਾ ਯੋਗਦਾਨ। ਹੋਰ ਮੈਨੂੰ ਯਾਦ ਹੈ ਕਿ ਜਦ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜ੍ਹਾ ਰਿਹਾ ਸੀਗਾ, ਉਹਨਾਂ ਦਿਨਾਂ ਦੇ ਵਿੱਚ ਭਾਈ ਅਮਰੀਕ ਸਿੰਘ ਜੀ, ਜੋ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਾਅਦ ਪ੍ਰਧਾਨ ਬਣੇ, ਉਹ ਖਾਲਸਾ ਕਾਲਜ ਵਿਖੇ MA ਦੀ ਵਿੱਦਿਆ ਲੈ ਰਹੇ ਸਨ। ਅਤੇ ਉਹਨਾਂ ਦਿਨਾਂ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਨੌਜਵਾਨਾਂ ਨੂੰ ਲਾਮਬੰਦ ਕਰਕੇ ਸਿੱਖੀ ਦੇ ਨਾਲ, ਗੁਰਮਤ ਦੇ ਨਾਲ, ਸਿੱਖ ਜਜ਼ਬੇ ਦੇ ਨਾਲ ਜੋੜਿਆ। ਔਰ ਇਹਦੇ ਪਿੱਛੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਬੜੀ ਵੱਡੀ ਸ਼ਕਤੀ ਦੇ ਨਾਲ ਕੰਮ ਕਰ ਰਹੀ ਸੀਗੀ। ਔਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਧਰਮ ਯੁੱਧ ਮੋਰਚਾ ਜਿਹਨਾਂ ਨੇ ਆਰੰਭ ਕੀਤਾ, ਉਸ ਧਰਮ ਯੁੱਧ ਮੋਰਚੇ ਦਾ ਮੁੱਢ ਜਿਹੜਾ ਸੀਗਾ ਉਹ ਸ਼ਹੀਦ ਫੌਜਾ ਸਿੰਘ ਜੀ ਨੇ 1978 ਦੇ ਵਿੱਚ 13 ਅਪ੍ਰੈਲ ਦੀ ਵਿਸਾਖੀ ਵਾਲੇ ਦਿਨ ਇਸ ਸੰਘਰਸ਼ ਦਾ ਮੁੱਢ ਬਣਿਆ ਸੀਗਾ। ਔਰ ਉਸ ਸ਼ਹੀਦੀ ਦੇ ਵਿੱਚ ਜਿਹੜੇ 13 ਸਿੰਘ ਸ਼ਹੀਦ ਹੋਏ ਸੀਗੇ, ਉਹਨਾਂ ਦੇ ਵਿੱਚੋਂ 11 ਸਿੰਘ ਜਿਹੜੇ ਸੀਗੇ ਉਹ ਅਖੰਡ ਕੀਰਤੀ ਜਥੇ ਦੇ ਸਿੰਘ ਸੀਗੇ ਅਤੇ 2 ਸਿੰਘ ਦਮਦਮੀ ਟਕਸਾਲ ਦੇ ਸਿੰਘ ਸੀਗੇ। ਹਕੀਕਤ ਤਾਂ ਇਹ ਹੈ, ਸ਼ਬਦ ਗੁਰੂ ਦੇ ਸਤਿਕਾਰ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਦਿੱਤੀਆਂ ਗਈਆਂ ਇਹ ਸ਼ਹਾਦਤਾਂ ਅੱਜ ਵੀ ਜਿਹੜੀਆਂ ਨੇ, ਇਹ ਸੰਘਰਸ਼ ਲਗਾਤਾਰ ਜਾਰੀ ਹੈ। ਔਰ ਇਸ ਸੰਘਰਸ਼ ਦੇ ਵਿੱਚੋਂ ਜੋ ਆਜ਼ਾਦੀ ਦਾ ਸੰਘਰਸ਼ ਨਿਕਲਿਆ, ਉਸ ਆਜ਼ਾਦੀ ਦੇ ਸੰਘਰਸ਼ ਦੀ ਮਿਸਾਲ ਜਿਹੜੀ ਹੈ ਅੱਜ ਵੀ ਜਗਦੀ ਪਈ ਹੈ। ਅਤੇ ਜਦ ਤੱਕ ਕੌਮ ਆਪਣੇ ਮੰਜ਼ਿਲੇ ਮਸਤਕੂ ਤੱਕ ਨਹੀਂ ਪਹੁੰਚਦੀ, ਤਦ ਤੱਕ ਇਹ ਮਿਸਾਲ ਜਿਹੜੀ ਹੈ ਉਹ ਜਗਦੀ ਰਹੇਗੀ। ਸਰਕਾਰ ਭਾਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਬਾਬਾ ਮਾਣੋਚਾਲ ਨੂੰ, ਬਾਬਾ ਸੁਖਦੇਵ ਸਿੰਘ ਜੀ ਨੂੰ, ਬੱਬਰ ਨੂੰ ਅਤੇ ਹੋਰ ਅਨੇਕਾਂ ਸਿੰਘਾਂ ਨੂੰ ਜਿਵੇਂ ਮਰਜ਼ੀ ਅੱਤਵਾਦੀ ਕਹੀ ਜਾਵੇ, ਲੇਕਿਨ ਖਾਲਸਾ ਪੰਥ ਦੀ ਨਿਗਾਹ ਦੇ ਵਿੱਚ ਇਹ ਸਾਰੇ ਸੱਤਵਾਦੀ ਨੇ, ਕਿਉਂਕਿ ਸੱਚ ਦੀ ਲੜਾਈ ਲੜਨ ਵਾਸਤੇ ਇਹ ਸੰਘਰਸ਼ ਆਰੰਭ ਹੋਇਆ ਸੀਗਾ। ਔਰ ਇਹ ਸੰਘਰਸ਼ ਮੈਂ ਫਿਰ ਕਹਿ ਦੇਵਾਂ ਕਿ ਭਾਈ ਸ਼ਹੀਦ ਭਾਈ ਫੌਜਾ ਸਿੰਘ ਨੇ ਜੋ ਸੰਘਰਸ਼ ਆਰੰਭ ਕੀਤਾ ਸੀਗਾ, ਇਹ ਇੱਕ ਸੱਚ ਦੀ ਲੜਾਈ ਸੀਗੀ। ਔਰ ਇਹ ਸੱਚ ਦੀ ਲੜਾਈ ਜਿਹੜੀ ਹੈ ਇਹ ਗੁਰੂ ਦੇ ਆਸਰੇ ਨਾਲ, ਗੁਰੂ ਦੀ ਟੇਕ ਦੇ ਨਾਲ, ਗੁਰਬਾਣੀ ਦੇ ਸਿਧਾਂਤਾਂ ਦੇ ਉੱਤੇ ਇਹ ਲੜਾਈ ਜਿਹੜੀ ਸੀਗੀ ਆਰੰਭ ਕੀਤੀ ਗਈ ਸੀਗੀ। ਅੱਜ ਬੇਸ਼ੱਕ ਮੋਦੀ ਸਰਕਾਰ ਨੇ ਅੱਜ ਸਿੱਖਾਂ ਨੂੰ ਦੇ ਉੱਤੇ ਹਰ ਪ੍ਰਕਾਰ ਦੇ ਗੁਰਮਤ ਦੇ ਸਿਧਾਂਤਾਂ ਦੇ ਉੱਤੇ ਹਮਲੇ ਕੀਤੇ ਨੇ, ਸਿੱਖ ਸੰਸਥਾਵਾਂ ਦੇ
ਉੱਤੇ ਹਮਲੇ ਕੀਤੇ ਨੇ। ਸਾਡੇ ਬੇਸ਼ੱਕ ਆਗੂ ਅੱਜ ਨਰਿੰਦਰ ਮੋਦੀ ਨੇ RSS ਵਾਲਿਆਂ ਨੇ ਆਪਣੀ ਜੇਬ ਵਿੱਚ ਪਾ ਲੈਣੇ, ਲੇਕਿਨ ਇੱਕ ਗੱਲ ਮੈਂ ਕਹਿ ਦਿਆਂ, ਜਾਗਦੀ ਜ਼ਮੀਰ ਵਾਲੇ ਖਾਲਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਥਾਪੜੇ ਦੇ ਨਾਲ ਅੱਜ ਵੀ ਜਿਉਂਦੇ ਨੇ, ਉਹ ਰਹਿਣਗੇ ਜਿਉਂਦੇ। ਅਤੇ ਇਹ ਖਾਲਸਾ ਪੰਥ ਦੀ ਆਜ਼ਾਦੀ ਦੀ ਲੜਾਈ ਜਿਹੜੀ ਹੈ, ਇਹ ਤਦ ਤੱਕ ਜਾਰੀ ਰਹੇਗੀ ਜਦੋਂ ਤੱਕ ਸਿੱਖਾਂ ਨੂੰ ਪੂਰਨ ਰੂਪ ਦੇ ਵਿੱਚ ਆਜ਼ਾਦੀ ਨਹੀਂ ਮਿਲ ਜਾਂਦੀ, ਜਦ ਤੱਕ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਸੀਂ ਆਜ਼ਾਦ ਨਹੀਂ ਕਰਵਾ ਲੈਂਦੇ, ਜਦ ਤੱਕ ਕਿ ਸਾਡਾ ਪੂਰਾ ਪੰਜਾਬ ਜਿਹੜਾ ਹੈ ਉਹ ਭਾਰਤ ਤੋਂ ਮੁਕਤ ਹੋ ਕਰਕੇ, ਭਾਰਤ ਦੀ ਸਿਆਸਤ ਤੋਂ ਮੁਕਤ ਹੋ ਕਰਕੇ ਇੱਕ ਵੱਖਰਾ ਜਿਹੜਾ ਹੈ ਸਾਡਾ ਰਾਜ ਆਪਣਾ ਸਥਾਪਿਤ ਨਹੀਂ ਹੋ ਜਾਂਦਾ। ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਅੱਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਜਨਮ ਦਿਨ ਦੇ ਉੱਤੇ ਜਿੱਥੇ ਸੰਤਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਅਸੀਂ ਅੱਜ ਆਪਣੇ ਸਾਰੇ ਦੇ ਸਾਰੇ ਸ਼ਹੀਦ ਸਿੰਘ ਜਿਨ੍ਹਾਂ ਨੇ ਕਿ 1978 ਤੋਂ ਲੈ ਕਰਕੇ ਅੱਜ ਤੱਕ ਸ਼ਹੀਦੀਆਂ ਪਾਈਆਂ ਨੇ, ਉਹਨਾਂ ਸਾਰੇ ਸ਼ਹੀਦਾਂ ਨੂੰ, ਜਿਹੜੇ ਬੰਦੀ ਸਿੰਘ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਮੈਂ ਯਾਦ ਕਰਦਾ ਹਾਂ, ਨਤਮਸਤਕ ਹੁੰਦਾ ਹਾਂ, ਕੇਸਰੀ ਪ੍ਰਣਾਮ ਹੈ ਉਹਨਾਂ ਸਾਰਿਆਂ ਨੂੰ। ਉਹਨਾਂ ਦੀ ਰਿਹਾਈਆਂ ਵਾਸਤੇ ਅਸੀਂ ਹਮੇਸ਼ਾ ਹੀ ਤਤਪਰ ਰਹੇ ਹਾਂ ਅਤੇ ਅੱਜ ਵੀ ਉਹਨਾਂ ਦੀ ਰਿਹਾਈਆਂ ਵਾਸਤੇ ਅਸੀਂ ਯਤਨਸ਼ੀਲ ਹੈਗੇ ਹਾਂ। ਅਤੇ ਮੈਂ ਆਸ ਰੱਖਦਾ ਹਾਂ ਕਿ ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਵਿੱਚ ਪੰਥਕ ਏਕਤਾ ਬਖਸ਼ਣ, ਇਤਫਾਕ ਬਖਸ਼ਣ, ਅਤੇ ਅਸੀਂ ਸਾਰੇ ਦੇ ਸਾਰੇ ਪੰਥਕ ਏਕਤਾ ਦੇ ਨਾਲ ਇਸ ਸੰਘਰਸ਼ ਦੇ ਵਿੱਚ ਕਾਮਯਾਬ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।